ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਸੋ ਅੱਜ ਆਪਾਂ ਕਰਨ ਜਾ ਰਹੇ ਹਾਂ ਕੁਝ ਲਾਈਫ ਹੈਕ ਚੈਲੰਜਸ। ਠੀਕ ਹੈ, ਇਹ ਵੀਡੀਓ ਇੰਟਰਸਟਿੰਗ ਹੋਣ ਵਾਲੀ ਅੱਜ ਦੇ ਵੀਡੀਓ ਵਿੱਚ, ਤੁਹਾਨੂੰ ਬਹੁਤ ਮਜ਼ਾ ਆਉਣਾ, ਸ਼ੁਰੂ ਤੋਂ ਲੈ ਐਂਡ ਤੱਕ ਜ਼ਰੂਰ ਦੇਖਿਓ। ਠੀਕ ਹੈ, ਸੋ ਤੁਹਾਨੂੰ ਮੈਂ ਦੱਸ ਦਿੰਦਾ, ਵੈਸੇ ਇਹਨਾਂ ਨੂੰ ਕੁਝ ਨਹੀਂ ਪਤਾ, ਗੱਲ ਇਹ ਹੈ ਕਿ ਆਪਾਂ ਕੁਝ ਹੈਕ ਕਰਾਂਗੇ, ਲਾਈਫ ਹੈਕਸ। ਠੀਕ ਹੈ, ਜਿੱਦਾਂ ਕੁਝ ਹੈਕਸ ਹੁੰਦੇ ਨਾ ਪੰਜਾਬੀ 'ਚ, ਉਹਨੂੰ ਕੀ ਕਹਿੰਦੇ ਆ, ਮਤਲਬ ਜੁਗਾੜ ਲਾਉਣਾ, ਦੇਸੀ ਜੁਗਾੜ ਲਾਉਣਾ। ਠੀਕ ਹੈ, ਅਤੇ ਉਹ ਆਪਾਂ ਕਰਦੇ ਹਾਂ। ਤੁਹਾਨੂੰ ਪਤਾ ਜਿਹੜਾ ਪਹਿਲਾ ਆਪਣਾ ਚੈਲੰਜ ਹੋਊਗਾ ਉਹਦੇ 'ਚ ਇਹ ਹੈ ਕਿ ਜਿਵੇਂ ਆਪਾਂ ਸ਼ੋਰਟ ਫਿਲਮਾਂ ਸ਼ੋਰਟ ਹੁੰਦੇ ਨਾ, ਹਾਲੀਵੁੱਡ ਬਾਲੀਵੁੱਡ ਫਿਲਮਾਂ ਦੇ ਸ਼ੋਰਟ, ਉਹ ਆਪਾਂ ਆਪਣੇ ਸਿੰਪਲ ਫੋਨ ਤੋਂ ਲੈ ਸਕਦੇ ਹਾਂ। ਹੋ ਸਕਦਾ ਹੈ, ਇਟਸ ਪੋਸੀਬਲ, ਕਮਾਲ ਹੈ। ਮੈਂ ਗੱਪਾਂ ਨਹੀਂ ਮਾਰ ਰਿਹਾ, ਦੱਸਾਂ ਦਿਖਾਵਾਂ, ਕਮਾਲ, ਮੇਰੀ ਖੁਦ ਘਰ ਵਾਲੀ ਨੀ ਯਕੀਨ ਕਰੀ ਤੇ ਗਈ, ਤੁਸੀਂ ਕਿੱਥੋਂ ਕਰਨਾ, ਇਸੇ ਕਰਕੇ ਮੈਂ ਦਿਖਾਉਣ ਲੱਗਾ। ਆ ਜਾਓ, ਕਰਨਾ ਆਪਾਂ ਕੀ ਹੈ, ਸਭ ਤੋਂ ਪਹਿਲਾਂ ਤੁਸੀਂ ਘਰ ਦੇ ਬਾਹਰ ਆ ਜਾਓ, ਬਾਹਰ ਆ ਕੇ ਆ ਜਾਓ, ਉਸ ਨੂੰ ਤੁਸੀਂ ਦੇਖਣਾ ਆਪਾਂ ਜਾਣਾ ਇਸ ਪਲਾਟ ਦਾ। ਕੈਮਰਾਮੈਨ ਪਲੀਜ਼ ਪਲਾਟ ਦਿਖਾ ਦਿਓ, ਅਤੇ ਪਲਾਟ ਦੇ ਵਿੱਚ ਹਮੇਸ਼ਾ ਤੁਹਾਨੂੰ ਪਤਾ ਖਾਲੀ ਪਲਾਟ ਪਏ ਆ, ਸੌਣ ਅੱਜ ਚੜ੍ਹ ਗਿਆ, ਅਤੇ ਸੌਣ ਦੇ ਵਿੱਚ ਫਿਰ ਜਿਹੜੇ ਪੇੜ ਪੌਦੇ ਉੱਗੀ ਜਾਂਦੇ ਆ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਆਪਣੇ ਫੋਨ ਦਾ ਜਿਹੜਾ ਕੈਮਰਾ, ਕੈਮਰਾ ਔਨ ਕਰਨਾ, ਕੈਮਰੇ ਨੂੰ ਆਪਾਂ ਸਲੋ ਮੋਸ਼ਨ ਵਿੱਚ ਕਰ ਲੈਣਾ। ਠੀਕ ਹੈ, ਅੱਗੇ ਦਿਖਾਉਣ ਜਾ ਜਾਓ। ਸੋ ਸਲੋ ਮੋਸ਼ਨ 'ਚ ਆਪਾਂ ਵੀਡੀਓ ਕਰ ਲਈ, ਤੁਸੀਂ ਕਰਨਾ ਕੁਛ ਨਹੀਂ, ਜਸਟ ਸਲੋ ਮੋਸ਼ਨ ਕਰਕੇ ਆਪਦਾ ਫੋਨ ਇੱਦਾਂ ਫੜ ਲੈਣਾ ਪੁੱਠਾ, ਉਸ ਤੋਂ ਬਾਅਦ ਆਪਾਂ ਜਸਟ ਇੱਕ ਇੱਦਾਂ ਵੀਡੀਓ ਬਣਾਉਣੀ ਹੈ, ਐਂਡ ਯੂ ਆਰ ਡਨ। ਇੰਨਾ ਕੰਮ ਸੀ, ਇਹ ਸੀ ਆਪਣਾ ਪਹਿਲਾ ਲਾਈਵ ਹੈਕ। ਪੱਕਾ ਸਹੀ ਬਣ ਗਈ ਹੋਏਗੀ? ਯੈਸ। ਨਹੀਂ, ਆਈ ਐਮ ਗੋਇੰਗ, ਬਾਹਰ ਗਰਮੀ ਬਹੁਤ, ਰੁਕ ਜਾ, ਆ ਗਈ ਹੈ ਪੱਕਾ। ਹਜੇ ਵੀ ਗੱਪਾਂ ਲਾ ਰਹੀਆਂ ਗਾਈਸ, ਮੈਂ ਬਹੁਤ ਟੈਲੈਂਟਡ ਬੰਦਾ, ਦਿਖਾਵਾਂ, ਆ ਚੱਕੋ, ਦੇਖਿਆ, ਦਿਸ ਇਜ ਮਾਈ ਲਾਈਫ ਹੈਕ ਚੈਲੰਜ, ਹੁਣ ਵਾਰੀ ਇਹਨਾਂ ਦੀ ਹੈ, ਹੁਣ ਦੇਖਦੇ ਹਾਂ ਕਿ ਇਹ ਕਿੰਨੇ ਇੱਕ ਪਾਣੀ 'ਚ ਹੈ। ਜ਼ੀਰੋ ਜ਼ੀਰੋ, ਚਲੋ ਹੁਣ ਤੁਹਾਡੇ ਵਾਰੀ। ਕੱਲ ਤੁਸੀਂ ਤੇ ਕੀਤੀ ਸੀ ਨਾ? ਹਾਂਜੀ ਕੀਤੀ ਸੀ। ਅੱਜ ਮੈਂ ਕਰਕੇ ਦਿਖਾਉਂਗੀ, ਠੀਕ ਹੈ, ਉਹ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਹੈ, ਜਿਹੜੇ ਕਿ ਮਤਲਬ ਜਿਹੜੇ ਵਿਆਹ ਤੋਂ ਪਹਿਲਾਂ ਕੁੜੀਆਂ ਕੰਮ ਨਹੀਂ ਕਰਦੀਆਂ, ਹੈ ਨਾ, ਉਹਨਾਂ ਲਈ ਸਭ ਤੋਂ ਈਜ਼ੀ ਬਾਅਦ ਕੰਮ ਕਰਨਾ ਇੰਨਾ ਔਖਾ ਹੋ ਜਾਂਦਾ। ਹਿਊਮਨ ਚਿੰਨ ਜਿਹੜਾ ਕੁੜੀ ਨੂੰ ਵਿਆਹ ਤੋਂ ਪਹਿਲਾਂ ਕੰਮ ਕਰਦੇ ਮੌਤ ਪੈਂਦੀ ਹੈ। ਮੈਂ ਬਹੁਤ ਕੰਮ ਕਰਦੀ, ਮਤਲਬ ਤੁਹਾਨੂੰ ਵੀ ਬਹੁਤ ਮੌਤ ਪੈਂਦੀ ਸੀ? ਕੋਈ ਬਾਤ ਨਹੀਂ, ਹੋ ਜਾਤਾ ਹੈ। ਅੱਛਾ, ਟੀ ਸ਼ਰਟ, ਇੱਕ ਟੀ ਸ਼ਰਟ ਕੀਤੀ ਹੈ, ਦੱਸ ਯੈਸ, ਠੀਕ ਹੈ ਜੀ, ਇਹ ਸਭ ਤੋਂ ਆਸਾਨ ਤਰੀਕਾ ਹੈ ਇਹਨੂੰ ਤੈਅ ਕਰਨ ਦਾ, 3 ਸੈਕਿੰਡ 4 ਸੈਕਿੰਡ ਕਰ, ਜਸਟ 3 ਸੈਕਿੰਡ, ਹਾਂਜੀ, ਆਰ ਯੂ ਜੋਕਿੰਗ ਵਿਦ ਮੀ, ਔਰ ਆਪਣੀ ਆਡੀਅנס, ਜਲਦੀ ਕਿ ਚੈੱਕ ਕਰ ਲਓ, ਓ ਮਾਈ ਗੋਡ ਗਾਇਸ, ਓਕੇ ਦੇਖਦੇ ਹਾਂ ਅੱਜ ਫਿਰ ਕੀ ਕਰਨ ਵਾਲੇ ਆਏ। ਸੋ ਇਹ ਹੈ Oh my god! Oh guys! ਕਿਆ ਬਾਤ ਹੈ guys, ਨੀਚੇ ਕਮੈਂਟ ਡਾਊਨ ਬਿਲੋ ਕਿ ਕਿਹਦਾ ਲਾਈਫ ਹੈ ਜਿਹੜਾ ਜ਼ਿਆਦਾ ਘੈਂਟ ਲੱਗਾ। ਨਮਨ ਤੈਨੂੰ ਵਧੀਆ ਲੱਗਾ? Oh my god guys, that is brilliant, ਸੱਚੀ ਵਾਕਈ। ਹੁਣ ਹੁਣ ਮੇਰੀ ਵਾਰੀ ਆ ਗਈ, ਮੈਂ ਕੀ ਕਰਨਾ, ਮੈਂ ਅਜੇ ਸੋਚਿਆ ਨੀ। ਜਿਹੜਾ ਨੈਕਸਟ ਆਪਣਾ ਲਾਈਫ ਹੈਗਾ ਨਾ, ਉਹ ਮੈਂ ਤੇ ਦਿਲਪ੍ਰੀਤ ਦੋਨਾਂ ਜਣੇ ਨੇ ਕਰਨਾ।
ਠੀਕ ਹੈ। ਸੋ ਜਿਹੜਾ ਸਾਡਾ ਕੈਮਰਾਮੈਨ ਆ ਉਹ ਹੈਗੀ ਮੇਰੀ ਭਤੀਜੀ ਨਮਨਜੋਤ। ਇਹਦੇ ਲਾਮ 'ਤੇ ਇੱਕ ਲਾਮ 'ਤੇ ਨਹੀਂ, ਇਹਦੇ ਨਾਮ 'ਤੇ ਇੱਕ ਲਾਈਕ ਜ਼ਰੂਰ ਠੋਕ ਦਿਓ। ਸੋ ਦੇਖੋ ਕਈ ਵਾਰੀ ਆਪਾਂ ਕੀ ਹੁੰਦਾ, ਆਪਾਂ ਬੱਸ 'ਚ ਬੈਠੇ ਹਾਂ, ਠੀਕ ਹੈ, ਪਰ ਆਪਣੇ ਕੋਲ ਜਿਹੜਾ ਫੋਨ ਹੁੰਦਾ ਅਤੇ ਆਪਣੇ ਕੋਲ ਫੋਨ ਦਾ ਕੋਈ ਸਟੈਂਡ ਨਹੀਂ ਹੁੰਦਾ, ਹੈ ਨਾ, ਵੀ ਆਪਾਂ ਥੱਕ ਜਾਂਦੇ ਹਾਂ। ਆਪਾਂ ਮੰਨ ਲਓ ਫਿਲਮ ਵੇਖਣੀ ਆ, ਕੋਈ ਨੈਟਫਲਿਕਸ ਵੇਖਣਾ, ਤੁਸੀਂ ਬੱਸ 'ਚ ਬੈਠੇ ਹੋ, ਗੱਡੀ 'ਤੇ ਬੈਠੇ ਹੋ, ਕਿਤੇ ਵੀ ਬੈਠੇ ਹੋ, ਹੈ ਨਾ, ਅਤੇ ਆਪਣਾ ਕੋਲ ਉਹਦਾ ਈਜ਼ੀ ਤਰੀਕਾ ਪਤਾ ਕੀ ਹੈ, ਮੰਨ ਲਓ ਸਾਹਮਣੇ ਤੁਹਾਡੀ ਇੱਕ ਕੁੜੀ ਬੈਠੀ ਹੈ, ਤੁਸੀਂ ਉਹ ਕੁੜੀ ਨੂੰ ਛੇੜਨਾ ਨਹੀਂ ਹੈ, ਜਸਟ ਉਹਨੂੰ ਬਿਨਾਂ ਦੱਸੇ ਪਤਾ ਕੀ ਕਰਨਾ, ਆਪਦਾ ਫੋਨ ਲੈਣਾ, ਤੁਹਾਡੇ ਫੋਨ ਦਾ ਕਵਰ ਹੈ, ਠੀਕ ਹੈ, ਫੋਨ ਦੇ ਕਵਰ ਨੂੰ ਤੁਸੀਂ ਉਹਦੇ ਵਾਲ ਥੋੜ੍ਹੇ ਜਿਹੇ ਚੱਕਣੇ ਹੈ ਇੱਦਾਂ ਕਰਕੇ। ਜੇ ਉਹਦੇ ਵਾਲ ਸਟਰੇਟ ਹੈ ਦੈਨ ਤਾਂ ਮਜ਼ਾ ਹੀ ਮਜ਼ਾ, ਜੇ ਨਹੀਂ ਸਟਰੇਟ ਫਿਰ ਵੀ ਕੋਈ ਚੱਕਰ ਨਹੀਂ, ਅਤੇ ਤੁਸੀਂ ਜਿਹੜਾ ਉਹਦੇ ਵਾਲਾਂ 'ਚ ਕਵਰ ਪਾ ਕੇ, ਅਤੇ ਓ ਮਾਈ ਗੋਡ, ਕਈ ਵਾਰੀ ਨਹੀਂ ਪੈਂਦਾ ਹੁੰਦਾ ਬਟ ਆਪਾਂ ਨਮਨਜੋਤ ਇੱਧਰ ਆਓ ਦਿਖਾਈਏ। ਸੋ ਆਹ ਦੇਖੋ ਇੱਦਾਂ ਤੁਸੀਂ ਜਿਹੜਾ ਆਪਣਾ ਇੱਕ ਕੈਮਰੇ ਦਾ ਸਟੈਂਡ ਹੈ ਉਹ ਬਣਾ ਸਕਦੇ ਹੋ ਦੇਖੋ। ਸੋ ਤੁਸੀਂ ਇੱਦਾਂ ਸਾਡੇ ਚੈਨਲ 'ਤੇ ਸਾਡੀਆਂ ਵੀਡੀਓਜ਼ ਦੇਖ ਸਕਦੇ ਹੋ, ਠੀਕ ਹੈ, ਬਿਨਾਂ ਕਿਸੇ। ਸੋ ਹਾਊ ਇਜ਼ ਮਾਈ ਲਾਈਫ ਬੈਕ ਬੇਬੀ। ਹਾਈਜ਼ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਤੁਹਾਡੀ ਸਾਹਮਣੇ ਲੇਡੀ ਬੈਠੀ ਹੈ, ਜੋ ਵੀ ਫੀਮੇਲ ਬੈਠੀ ਹੈ, ਉਹ ਜਾ ਸਕਦੀ ਹੈ, ਹੈ ਨਾ, ਤੁਰ ਕੇ, ਕਿਉਂਕਿ ਉਹਦਾ ਸਟੇਸ਼ਨ ਆ ਗਿਆ, ਅਤੇ ਫਿਰ ਕੀ ਹੋਏਗਾ, ਤੁਹਾਡਾ ਫੋਨ ਚਲਾ ਜਾਏਗਾ, ਤੁਹਾਡਾ ਫੋਨ ਚੋਰੀ ਹੋ ਜਾਏਗਾ। ਹਾਊ ਇਜ਼ ਮਾਈ ਲਾਈਫ ਬੈਕ। ਗਾਈਜ਼ ਇਹ ਵੀ ਹੋ ਸਕਦਾ ਕਿ ਅਗਲੀ ਕੁੜੀ ਦੇ ਵਾਲ ਜਿਹੜੇ ਉਹ ਪੱਟੇ ਜਾਣ ਜਾਂ ਜੋ ਵੀ ਹੋ ਜਾਏ, ਹੈ ਨਾ, ਅਤੇ ਕੋਈ ਗੱਲ ਨਹੀਂ, ਆਪਾਂ ਤਾਂ ਆਪਦੀ ਨੈਟਫਲਿਕਸ ਜਾਂ ਫਿਲਮਾਂ ਵਾਚ ਕਰੀਆਂ, ਪਰ ਮੇਰਾ ਜਿਹੜਾ ਲਾਈਫ ਐਕਟ ਤੋਂ ਘੈਂਟ ਸੀ ਕਿ ਨਹੀਂ। ਗਾਈਜ਼ ਹੁਣ ਤੁਸੀਂ ਇਸ ਚੈਨਲ ਨੂੰ ਅੱਗੇ ਵਧਾਉਣਾ ਹੈ, ਠੀਕ ਹੈ, ਅਤੇ ਇਸ ਚੈਨਲ 'ਤੇ ਜਿੰਨੀਆਂ ਵੀ ਵੀਡੀਓ ਸਾਰੀਆਂ ਵਾਚ ਕਰ ਲਓ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਕਰਨਾ ਨਾ ਭੁੱਲਿਓ ਅਤੇ ਸ਼ੇਅਰ ਕਰ ਲਓ ਆਪਣੇ ਦੋਸਤਾਂ ਨਾਲ, ਅਤੇ ਅਸੀਂ ਹੁਣ ਤੁਹਾਨੂੰ ਮਿਲਾਂਗੇ ਨੈਕਸਟ ਵੀਡੀਓ ਅਤੇ ਨੈਕਸਟ ਵੀਲੌਗ 'ਚ, ਅਤੇ ਨੀਚੇ ਕਮੈਂਟ ਕਰਕੇ ਦੱਸ ਦਿਓ ਕਿ ਇੱਦਾਂ ਦੀ ਲਾਈਫ ਹੈਕ ਹੋਰ ਕਰੀਏ ਕਿ ਨਹੀਂ। ਬਾਏ ਬਾਏ, ਟੇਕ ਕੇਅਰ।